ਕਰੀਬ ਇੱਕ ਮਹੀਨੇ ਪਹਿਲਾਂ ਪਠਾਨਕੋਟ ਦੇ ਪਿੰਡ ਬਡਾਲਾ ਦੇ ਇੱਕ ਨੌਜਵਾਨ ਦੀ ਲਾਸ਼ ਨਾਲ ਲੱਗਦੇ ਪਿੰਡ ਦੇ ਸ਼ਮਸ਼ਾਨ ਘਾਟ ਤੋਂ ਮਿਲਣ ਦੇ ਬਾਅਦ ਪਰਿਵਾਰ ਵਾਲੇ ਨੇ ਨੌਜਵਾਨ ਦਾ ਕਤਲ ਹੋਣ ਦਾ ਖਦਸ਼ਾ ਜਤਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ ਦੇ ਚਲਦੇ ਅੱਜ ਨਾਰਾਜ਼ ਪਰਿਵਾਰ ਵਾਲੇ ਨੇ ਪਠਾਨਕੋਟ ਅੰਮ੍ਰਿਤਸਰ ਕੌਮੀ ਰਾਹ ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਦੇ ਖਿਲਾਫ ਜਾਮ ਕੇ ਨਾਅਰੇਬਾਜ਼ੀ ਕੀਤੀ। ਕਰੀਬ 3 ਘੰਟੇ ਜਾਮ ਲੱਗਣ ਦੇ ਬਾਅਦ ਪੁਲਿਸ ਵੱਲੋਂ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਪ੍ਰਦਰਸ਼ਨਕਾਰੀਆਂ ਨੂੰ ਧਰਨੇ ਤੋਂ ਹਟਾਇਆ ਗਿਆ। ਲੋਕਾਂ ਦੇ ਇਸ ਗੁੱਸੇ ਨੂੰ ਵੇਖਦੇ ਹੋਏ ਜਦ ਨਿਊਜ਼ ਅੰਬਰ ਦੀ ਟੀਮ ਨੇ ਇਹਨਾਂ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਕਰੀਬ 1 ਮਹੀਨੇ ਪਹਿਲੇ ਸਾਡੇ ਬੱਚੇ ਦੀ ਲਾਸ਼ ਸ਼ਮਸ਼ਾਨ ਘਾਟ ਤੋਂ ਮਿਲੀ ਸੀ, ਜਿਸ ਦੇ ਬਾਅਦ ਸਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਉਸਦੇ ਬਾਵਜੂਦ ਅਜੇ ਤੱਕ ਪੁਲਿਸ ਨੇ ਨਾ ਤਾਂ ਮਾਮਲਾ ਦਰਜ ਕੀਤਾ ਹੈ ਨਾ ਹੀ ਮ੍ਰਿਤਕ ਦੇ ਫੋਨ ਕਾਲ ਦੀ ਕੋਈ ਡਿਟੇਲ ਕਢਵਾਈ ਹੈ, ਜਿਸ ਦੇ ਰੋਸ ਵਜੋਂ ਅੱਜ ਮਜਬੂਰ ਹੋ ਸਾਨੂੰ ਇਹ ਕਦਮ ਚੁੱਕਣਾ ਪਿਆ ਹੈ। ਪਠਾਨਕੋਟ ਅੰਮ੍ਰਿਤਸਰ ਹਾਈਵੇ ਦੇ ਉੱਤੇ ਕਾਣਵਾ ਪਿੰਡ ਦੇ ਇਹ ਮੁੰਡੇ ਨੂੰ ਘਰੋਂ ਬੁਲਾ ਕੇ ਲੈ ਗਏ ਸੀਗੇ ਜੀ, ਪਤਾ ਨਹੀਂ ਲੱਗਿਆ ਇਹਦੇ ਨਾਲ ਕੀ ਕੀਤਾ ਕੀ ਨਹੀਂ ਕੀਤਾ। 7 ਦਿਨ ਬਾਅਦ ਇਹਦੀ ਲਾਸ਼ ਮਿਲੀ ਆ, ਉਹ ਵੀ ਕਿਸੇ ਸ਼ਮਸ਼ਾਨ ਘਾਟ ਦੇ ਵਿੱਚ, ਸਿਰ 'ਤੇ ਸੱਟ ਲੱਗੀ ਹੋਈ ਸੀਗੀ, ਅੱਜ ਤੱਕ ਨਹੀਂ ਪਤਾ ਚੱਲਿਆ ਦਾ ਵੀ ਕੀ ਇਹਨੂੰ ਕੀਤਾ ਕੀ ਇਹਦੇ ਨਾਲ ਕੀ ਨਹੀਂ ਕੀਤਾ ਜੀ। ਤੁਹਾਡਾ ਰੋਸ਼ ਕਿਹਦੇ ਖਿਲਾਫ਼? ਸਾਡਾ ਪ੍ਰਸ਼ਾਸਨ ਦੇ ਖਿਲਾਫ਼ ਰੋਸ ਆ ਜੀ, ਜਿਨ੍ਹਾਂ ਨੇ ਅੱਜ ਤੱਕ ਇਹਦਾ ਇਹ ਨਹੀਂ ਪਤਾ ਕੀਤਾ ਇਹਨਾਂ ਨੇ ਕਿ ਇਹਦੇ ਕੋਲ ਮੋਬਾਈਲ ਸੀਗਾ ਜਾਂ ਹੋਰ ਸਮਾਨ ਸੀਗਾ, ਉਹ ਇਹਨਾਂ ਨੇ ਕਿੱਥੇ ਰੱਖਿਆ ਹੋਇਆ, ਕੋਈ ਇਹਨਾਂ ਦੀ ਕਾਲ ਡਿਟੇਲ ਇਹਨਾਂ ਨੇ ਅੱਜ ਤੱਕ ਟਰੇਸ ਨਹੀਂ ਕੀਤੀ ਕਿ ਕਿੱਥੋਂ ਕਾਲ ਆਈ ਹੈ, ਇਹਨੇ ਕਿਹਨੇ ਗੱਲ ਕੀਤੀ ਹੈ। ਅਸੀਂ ਇਹ ਕਹਿੰਦੇ ਵੀ ਜਿਹੜਾ ਜਿਨ੍ਹਾਂ ਨੇ ਵੀ ਇਹ ਕਾਰ ਇਹਦੇ ਨਾਲ ਮੁੰਡੇ ਨਾਲ ਹਰਕਤ ਇੱਦਾਂ ਦੀ ਕੀਤੀ ਹੈ, ਜਿਹਨੇ ਇਹਨਾਂ ਨੂੰ ਮਾਰਿਆ ਸਾਨੂੰ ਜਲਦ ਤੋਂ ਜਲਦ ਇਹ ਦੱਸਿਆ ਜਾਵੇ ਉਹਨੇ ਕਿਵੇਂ ਮਾਰਿਆ ਕਿਉਂ ਮਾਰਿਆ ਅਤੇ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਦਿੱਤੀ ਜਾਵੇ। ਦੂਜੇ ਪਾਸੇ ਮਾਮਲੇ ਨੂੰ ਵੱਧਦਾ ਵੇਖ ਮੌਕੇ ਤੇ ਪਹੁੰਚੇ ਐਸਪੀ ਇਨਵੈਸਟੀਗੇਸ਼ਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮਾਮਲਾ ਦਰਜ ਕੀਤੇ ਜਾਣ ਦਾ ਭਰੋਸਾ ਦਿੱਤਾ, ਜਿਸ ਦੇ ਬਾਅਦ ਪੀੜਿਤ ਪਰਿਵਾਰ ਨੂੰ ਧਰਨਾ ਚੁੱਕਿਆ ਗਿਆ। ਪਹਿਲੀ ਗੱਲ ਤਾਂ ਸਾਨੂੰ ਦੁੱਖ ਹੈ ਬੱਚੇ ਦੀ ਮੌਤ, ਦੁੱਖ ਹੈ ਉਸ ਪਰਿਵਾਰ ਨਾਲ ਜਿਨ੍ਹਾਂ ਦਾ ਬੱਚਾ ਗਿਆ, ਜਿੰਨਿਆਂ ਤੁਹਾਨੂੰ ਹਮਦਰਦੀ ਉਸ ਪਰਿਵਾਰ ਨਾਲ ਉੱਨੀ ਸਾਨੂੰ ਐਜ਼ ਏ ਮੁਲਾਜ਼ਮ ਤੌਰ 'ਤੇ FIR ਇਹੀ ਲੌਂਚ ਕਰਤੀ ਹੈ, ਜੋ ਵੀ ਲੀਗਲੀ ਕਾਰਵਾਈ ਅਸੀਂ ਸਾਰੀ ਅਡੋਪਟ ਕਰਾਂਗੇ। ਜ਼ਿਕਰਯੋਗ ਹੈ ਕਿ ਜੇਕਰ ਸਮਾਂ ਰਹਿੰਦੇ ਪੁਲਿਸ ਵੱਲੋਂ ਤਫਤੀਸ਼ ਕਰ ਲਈ ਜਾਂਦੀ ਤਾਂ ਅੱਜ ਇੱਥੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਰੋਸ ਜ਼ਾਹਰ ਕਰਨ ਦੀ ਲੋੜ ਨਾ ਪੈਂਦੀ ਅਤੇ ਉੱਥੇ ਹੀ 3 ਘੰਟੇ ਜਾਮ ਵਿੱਚ ਫਸੇ ਲੋਕਾਂ ਨੂੰ ਪਰੇਸ਼ਾਨੀ ਨਾ ਝੇਲਣੀ ਪੈਂਦੀ। ਅਜਿਹੇ ਵਿੱਚ ਲੋੜ ਹੈ ਕਿ ਪੁਲਿਸ ਵੱਲੋਂ ਸਮਾਂ ਰਹਿੰਦੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ਼ ਲਈ ਸੜਕਾਂ 'ਤੇ ਨਾ ਉਤਰਨਾ ਪਵੇ।